no te atrevas a explicar? ਆਏ ਲੱਗੇ ਹਾਂ। ਬਹੁਤ ਪੁਰਾਣਾ ਘਾਹ ਦਾ ਸੀਗਾ, ਪਹਿਲੀ ਵਾਢ ਦਾ ਘਾਹ ਸੀਗਾ ਇਹ ਕੁੱਬਲ। ਪੱਧਰਾ ਕਰਦੇ ਇਸ ਕੋਲ ਵੱਢ ਕੇ, ਜਿਵੇਂ ਮੇਥੇ ਬੀਜਣੇ ਹੈ ਐਤਵਾਰੀ ਲਿਆ ਕੇ ਟਰੈਕਟਰ 'ਚ ਘੁੱਕੇ ਮੇਥੇ ਬੀਜੇ ਹੈ, ਪੱਧਰਾ ਕਰੇਗੇ। ਬੜਾ ਅੱਛਾ ਘਾਹ ਯਾਰ, ਬਾਟਾ ਅਸੀਂ ਮੇਥੇ ਬੀਜੇ ਹੈ, ਇਸਕੋ ਐਨ ਪੱਧਰਾ ਕਰਕੇ ਪਹਿਲੀ ਵਾਰ ਕਾ ਘਾਹ ਇਹ ਹੈ। ਸਾਫ਼ ਕਰੇਂਗੇ ਇਸਕੋ, ਸਾਫ਼ ਕਰਕੇ ਤਾਂ ਇਸਮੇ ਮੇਥੇ ਹੋਏਗੇ। ਮੇਥੇ ਮਟਰ ਸਾਰੇ ਬੀਜੇ ਇਸਮੇ, ਮਿੱਸਾ ਕਰਕੇ ਬੀਜੇ। ਮੈਂ ਮਟਰ ਮੇਥੇ ਬੀਜੇਗੇ, ਸਾਫ਼ ਕਰਕੇ ਬਾਅਦ ਨੂੰ ਐਤਵਾਰ ਕੋ ਸਾਫ਼ ਜਾਣ ਕੇ ਜਾਂ ਇਸ ਕੋ ਪੱਧਰਾ ਕਰ ਦਿੱਤੇ ਹੈ। ਪੱਧਰਾ ਕਰਕੇ ਫਸਲ ਅੱਛੀ ਹੋ ਜਾਂਦੀ ਹੈ। ਜੇ ਅਸੀਂ ਐਸੇ ਬੀਜ ਦਿੱਤੇ ਅਤੇ ਤਾਂ ਫਿਰ ਘਾਹ ਨਾਲ ਮੇਥੇ ਨਹੀਂ ਜੰਮਣਗੇ। ਹੱਥ ਤੋਂ ਸੋ ਜਾਂਦਾ ਹੈ, ਸਾਫ਼ ਕਰਕੇ ਬੜਾ ਅੱਛਾ ਵਾਲ ਵਧੀਆ ਬਣਾ ਕੇ ਵਿਕਨੇ ਤੋਂ ਜਿਹੜਾ ਘਾਹ ਇਹ ਵੀ ਸਾਫ਼ ਕਰਨਾ ਪਏਗਾ। ਸਾਫ਼ ਕਰਕੇ ਬਾਜਰਾ ਲੰਬਾ ਸੀਗਾ, ਨਾਲੇ ਸੀਗਾ। ਹੁਣ ਅਸੀਂ ਵੀ ਨਾਲੇ ਵੱਢ ਕੇ ਪੱਧਰੇ ਕਰਕੇ ਘਰ ਜਾ ਕੇ ਫਲੀਆਂ ਕੱਢ ਲਵਾਂਗੇ। ਬਾਕੀ ਪਹਿਲੇ ਵੱਢ ਕੇ ਢੇਰੀਆਂ ਲਗਾਈਆਂ ਹੋਈਆਂ, ਹੁਣ ਬੀਜਣਾ ਹੈ ਇਸ ਬੀਜ ਕਾ ਫਟਾਫਟ ਜਲਦੀ ਜਲਦੀ ਸਾਫ਼ ਕਰਕੇ ਫਿਰ ਕੁਛ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਪਤਾ ਲੱਗਿਆ ਕਮੈਂਟ ਕਰਕੇ ਬਤਾਉਣਾ, ਸੇਵ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ।